ਹਰ ਦੁਕਾਨ ਦੇ ਉੱਤੇ ਲਿਖਿਆ ਆ ਵੀ ਆਰ ਹਾਇਰਿੰਗ। ਇਕਨੋਮਿਕਸ ਰੀਜ਼ਨ ਦੇ ਵਿੱਚ ਇਹ ਸ਼ਹਿਰ ਜਿਹੜੇ ਨੇ ਬਹੁਤ ਵਧੀਆ ਨੇ, ਇਹਨਾਂ ਸ਼ਹਿਰਾਂ ਦੇ ਵਿੱਚ ਫੈਮਿਲੀ ਨੂੰ ਪਾਲਣਾ, ਪੜ੍ਹਾਈ ਲਿਖਾਈ ਵਾਸਤੇ। ਇੱਕ ਦੋ ਬੰਦੇ ਮਿਲੀਅਨ ਡਾਲਰ ਦੇ ਹੁੰਦੇ ਸੀ, ਹੁਣ 20 ਦੇ 20 ਮਲਟੀ ਮਿਲੀਅਨਰ ਨੇ। ਪੰਜ-6 ਲੱਖ ਦਾ ਬ੍ਰਾਂਡ ਨਿਊ ਵਧੀਆ ਤੋਂ ਵਧੀਆ ਮਹਿਲ ਦੀ ਵਰਗਾ ਕਰ ਲਿਆ। ਜਿਹੜੀ ਘਰਾਂ ਦੀ ਕੀਮਤ ਹੈ ਉਹ ਬੜੀ ਘੱਟ ਹੈ ਕੰਪੇਅਰ ਟੂ ਪੈਰੋ ਹੀ ਨੇ। ਇੱਥੇ ਪਹੁੰਚ ਕਰ ਸਕਦੇ ਹੋ, ਅਸੀਂ ਜੋ ਵੀ ਤੁਹਾਡੀ ਮਦਦ ਕਰ ਸਕਦੇ ਹੋਏ ਕਰ ਲੈਣ ਵਾਸਤੇ, ਬਿਜ਼ਨਸ ਇਸਟੈਬਲਿਸ਼ ਕਰਨ ਲਈ, ਹੋਰ ਕੋਈ ਵੀ ਸ਼ਹਿਰ ਦੇ ਵਿੱਚ ਤੁਹਾਡੀ ਅਸੀਂ ਮਦਦ ਕਰ ਸਕਦੇ ਹਾਂ, ਅਸੀਂ ਤੁਹਾਨੂੰ ਆਪਣੇ ਸਿਰ 'ਤੇ ਬਿਠਾਵਾਂਗੇ। ਅੱਜ ਬਹੁਤ ਹੀ ਖੂਬਸੂਰਤ ਸ਼ਹਿਰ ਦੇ ਵਿੱਚ ਬੈਠੇ ਹਾਂ, ਵਿਲੀਅਮਸ ਲੇਕ ਇਹ ਸ਼ਹਿਰ ਦਾ ਨਾਮ ਆ, ਝੀਲਾਂ ਦਾ ਸ਼ਹਿਰ ਹੈ। ਅੱਜ ਬਹੁਤ ਖੂਬਸੂਰਤ ਸਬੱਬ ਬਣਿਆ, ਇੱਥੇ ਦੇ ਜਿਹੜੇ ਮੇਅਰ ਨੇ ਰਾਠੌਰ ਸਾਹਿਬ, ਉਹਨਾਂ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ। ਸੁਰਿੰਦਰ ਰਾਠੌਰ ਜੀ, ਪਹਿਲਾਂ ਤਾਂ ਥੋੜ੍ਹਾ ਜਿਹਾ ਇਹ ਦੱਸੋ ਕਿ ਇਹ ਜਿਹੜਾ ਸ਼ਹਿਰ ਹੈ ਇੱਥੋਂ ਵੈਨਕੂਵਰ ਤੋਂ ਕਿੰਨਾ ਕੁ ਦੂਰ ਆ, ਕਿਉਂਕਿ ਮੇਨ ਤੌਰ ਆਪਾਂ ਵੈਨਕੂਵਰ ਨੂੰ ਹੀ ਮੰਨਦੇ ਹਾਂ BC ਦਾ। ਇਹ ਸਰ ਵੈਨਕੂਵਰ ਤੋਂ ਲਗਭਗ 580-85 ਕਿਲੋਮੀਟਰ ਦੀ ਵਿੱਚ ਤੇ ਹੈ ਜੀ। ਜਿਸ ਲਈ ਆਪਾਂ ਪ੍ਰਿੰਸ ਜੋਰਜ ਨੂੰ ਜਾਂ ਨੌਰਥ ਨੂੰ ਜਾਂਦੇ ਹਾਂ ਤਾਂ ਹਾਈਵੇ 97 ਇਹ ਪੈਂਦਾ, ਇਸ ਦੇ ਉੱਤੋਂ ਦੀ ਤੁਸੀਂ ਜਾਂਦੇ ਹਾਂ। ਜਦੋਂ ਆਪਾਂ ਵੈਨਕੂਵਰ ਤੋਂ ਆਉਂਦੇ ਹਾਂ, ਹੁਣ ਤੇ ਕੋਕਾ ਹਾਲਾ ਹਾਈਵੇ ਬਣ ਗਿਆ, ਪਹਿਲਾਂ ਹਾਈਵੇ 1 ਹੀ ਹੋਇਆ ਕਰਦਾ ਸੀਗਾ 86-87 ਤੱਕ, ਜਿਹੜਾ ਕਿ ਕੈਸ਼ਕ੍ਰੀਕ ਤੋਂ ਟਰਨ ਲੈਂਦਾ ਸੀ ਕੈਮਲੂਪ ਨੂੰ। ਕੈਸ਼ਕ੍ਰੀਕ ਤੋਂ ਤੁਸੀਂ ਆਓ ਤੇ ਇਹ ਮੇਨ ਸ਼ਹਿਰ ਹੈ, ਇਸ ਨੂੰ ਹਬ ਆਫ ਦਾ ਕੈਰੀਬੂ ਵੀ ਕਿਹਾ ਜਾਂਦਾ ਹੈ। ਕੈਰੀਬੂ ਤਕਰੀਬਨ 100 ਮਾਈਲ ਕੋਨੈਲ ਵਿਲੀਅਮ ਲੇਕ ਵਰਲਡ ਤੱਕ ਜਾਂਦਾ ਹੈ ਤੇ ਇਹ ਹਬ ਆਫ ਦਾ ਕੈਰੀਬੂ ਹੈ। ਇਸ ਸਭ ਤੋਂ ਵੱਡੀ ਮਿਊਨਿਸਪੈਲਿਟੀ ਕੈਰੀਬੂ ਦੀ ਹੈ। ਅਗਰ ਤੁਸੀਂ ਬੈਲਾਕੂਲਾ ਨੂੰ ਜਾਣਾ ਤੇ ਇੱਥੋਂ ਹੀ ਇੰਟਰਸੈਕਸ਼ਨ ਜਿਹੜੇ ਨੇ ਪਹਾੜ ਦੇ ਨੇ, ਹਾਈਵੇ 20 ਇੱਥੋਂ ਜਾਂਦੀ ਹੈ ਹਾਈਵੇ 97 ਤੋਂ ਬੈਲਾਕੂਲਾ ਜਾਣ ਵਾਸਤੇ। ਸੋ ਹੁਣ ਤੇ ਕੋਰੀਡੋਰ ਤੇ ਦੇਖ ਲਓ, ਜਿੰਨੇ ਬਿਜ਼ਨਸ ਹੈ ਹੋਟਲਾਂ ਤੋਂ ਲੈ ਕੇ ਗੈਸ ਸਟੇਸ਼ਨ ਤੱਕ, ਫਾਸਟ ਫੂਡ ਤੱਕ, ਅੱਜ ਸਾਰੇ ਸਾਡੇ ਨੇ। ਤੁਹਾਡੇ ਸਵਾਲ ਦਾ ਜਵਾਬ, ਸਾਡੀ ਗਿਣਤੀ ਹੁਣ ਬਹੁਤ ਘੱਟ ਚੁੱਕੀ ਹੈ ਜੀ। ਇੱਕ ਮੈਂ ਹੋਰ ਰੁਝਾਨ ਦੇਖ ਰਿਹਾ, ਮੈਂ ਘੁੰਮ ਫਿਰ ਕੇ ਜਿਹੜਾ ਉਹ ਕਾਫੀ ਦੇਖ ਰਿਹਾ BC ਦੇ ਵਿੱਚ, ਪਹਿਲਾਂ ਪਾਲਦੀ ਜਾ ਕੇ ਆਇਆ, ਉੱਥੋਂ ਜਦੋਂ ਕੰਮਾਂ ਦੀ ਘਾਟ ਪੈਂਦੀ ਹੈ ਤਾਂ ਲੋਕ ਪ੍ਰਵਾਸ ਕਰਦੇ ਨੇ, ਖਾਸ ਤੌਰ 'ਤੇ ਆਪਣੇ ਭਾਈਚਾਰੇ ਲੋਕ। ਮਕੈਂਜੀ ਮੈਂ ਪਿਛਲੇ ਦਿਨ ਗਿਆ ਸੀ, ਉੱਥੇ ਦਾ ਗੁਰੂ ਘਰ 40 ਸਾਲ ਪੁਰਾਣਾ, ਉਹ ਬੰਦ ਹੋ ਗਿਆ ਕਿਉਂਕਿ ਉੱਥੋਂ ਆਪਣੇ ਪਰਿਵਾਰ ਸਾਰੇ ਜਿਹੜੇ ਸੀ, ਕਿਸੇ ਵੇਲੇ 90 ਪਰਿਵਾਰ ਸੀ, ਮੂਵ ਹੋ ਗਏ। ਅੱਜ ਵੀ ਰਸਤੇ ਜਾਂਦਿਆਂ ਮੈਂ ਇੱਕ ਹੋਰ ਸ਼ਹਿਰ 'ਚ ਜਾਊਂਗਾ, ਉਹ ਵੀ ਸਾਰਾ ਕੁਛ ਮੈਂ ਦਿਖਾ ਰਿਹਾ ਦਰਸ਼ਕਾਂ ਨੂੰ। ਇਸ ਸ਼ਹਿਰ ਦੇ ਵਿੱਚ ਕਿਵੇਂ ਇੱਥੇ ਗੁਰਦੁਆਰਾ ਸਾਹਿਬ ਸੀ ਜਾਂ ਹੈਗੇ ਨੇ, ਜਾਂ ਇੱਥੇ ਕੋਈ ਪ੍ਰਵਾਸ ਦਾ ਕੀ ਫਰਕ ਪੈ ਰਿਹਾ? ਹੁਣ ਨਵੇਂ ਬੱਚੇ ਤਾਂ ਆ ਰਹੇ ਨੇ, ਪਰ ਪੁਰਾਣੀਆਂ ਫੈਮਿਲੀਆਂ ਦੇ ਵਿੱਚ ਵੱਡੇ ਸ਼ਹਿਰਾਂ ਨੂੰ ਜਾਣ ਦਾ ਰੁਝਾਨ ਬਹੁਤ ਜ਼ਿਆਦਾ ਹੈ। ਇਹ ਗੱਲ ਤੁਹਾਡੀ ਮੰਦੀ ਬਿਲਕੁਲ ਸੱਚ ਹੈ, ਬੰਦੇ ਰਿਟਾਇਰ ਬਾਅਦ ਵਿੱਚ ਹੁੰਦੇ ਨੇ, ਪਹਿਲਾਂ ਲੋਅਰ ਮੇਨਲੈਂਡ ਨੂੰ ਜਾਂਦੇ ਨੇ। ਮੇਰੇ ਵੀ ਗੱਲ ਇਹ ਸਮਝ ਨਹੀਂ ਆਈ, ਜਾਂ ਇਹ ਕਹਿ ਲਓ ਕਿ ਬੱਚੇ ਇੱਥੋਂ, ਮੇਰੀ ਆਪਣੀ ਖੈਰ ਘਰ ਦੀ ਗੱਲ ਵੀ ਹੈ, ਜਿਹੜੇ ਸਾਡੇ ਬੱਚੇ ਇੱਥੇ ਪੈਦਾ ਹੁੰਦੇ ਨੇ, ਪੜ੍ਹਦੇ ਲਿਖਦੇ ਨੇ, ਜਿਹੜੇ ਹਾਇਰ ਐਜੂਕੇਸ਼ਨ ਵਾਸਤੇ ਸ਼ਹਿਰ ਤੋਂ ਬਾਹਰ ਜਾਂਦੇ ਨੇ, ਮੈਨੂੰ ਕੋਈ ਨਹੀਂ ਦਿਖਾਈ ਦੇ ਰਿਹਾ ਜਿਹੜਾ ਮੁੜ ਕੇ ਆਇਆ, ਇਨਕਲੂਡਿੰਗ ਮੇਰਾ ਆਪਣਾ ਬੱਚਾ, ਮੇਰੇ ਆਪਣੇ ਭਤੀਜੇ, ਕੋਈ ਪਰਿਵਾਰ ਦੇ ਵਿੱਚੋਂ ਲੜਕੇ ਲੜਕੀਆਂ ਨਹੀਂ ਮੁੜ ਕੇ ਆਏ। ਲੜਕੀਆਂ ਦੇ ਜਿੱਥੇ ਖੈਰ ਸ਼ਾਦੀ ਹੋ ਜਾਂਦੀ ਉੱਥੇ ਚਲੇ ਜਾਂਦੀਆਂ ਨੇ, ਕਈ ਵਾਰੀ ਉਹਨਾਂ ਨੂੰ ਵੀ ਆਪਣੇ ਪ੍ਰੋਫੈਸ਼ਨ ਦੇ ਵਿੱਚ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਮੂਵ ਹੋਣਾ ਪੈਂਦਾ। ਸਾਡੇ ਸ਼ਹਿਰ ਦੇ ਵਿੱਚ ਹੁਣ ਯੂਨੀਵਰਸਿਟੀ ਹੈ, ਬੱਚੇ ਪੜ੍ਹ ਰਹੇ ਨੇ, ਆ ਰਹੇ ਨੇ। ਮੈਂ ਖੁਦ ਕੋਸ਼ਿਸ਼ ਕੀਤੀ, 2-4 ਆਪਣੇ ਸ਼ਹਿਰ ਦੇ ਬੱਚੇ ਜੰਮੇ ਤਾਂ ਨਹੀਂ ਮੈਂ ਉਹਨਾਂ ਨੂੰ ਕਹਿ ਸਕਦਾ ਪਲੇ, ਉਹਨਾਂ ਨੂੰ ਇੱਥੇ ਚੰਗੀਆਂ ਪ੍ਰੋਫੈਸ਼ਨਲ ਜੋਬ ਦਵਾਈਆਂ ਇੱਥੇ ਲਿਆਂਦੇ, ਪਰ ਪਤਾ ਨਹੀਂ ਕੀ ਲਗਾਇਆ ਉਹ, ਜਿਸਲੇ ਉਹਨਾਂ ਨੂੰ ਕੰਮ ਇੱਥੇ ਦਵਾਇਆ, ਲੈ ਕੇ ਆਏ ਆਪਣੇ ਪਰਸਨਲ ਰੈਫਰੈਂਸ ਨਾਲ, ਬਹੁਤ ਵਧੀਆ ਉਹਨੇ ਕੰਮ ਕੀਤਾ। ਲੇਕਿਨ ਜਦੋਂ ਸ਼ਹਿਰ ਛੱਡ ਕੇ ਗਏ ਉਹਨੇ ਮੈਨੂੰ ਦੱਸਿਆ ਵੀ ਨਹੀਂ, ਮੈਨੂੰ 9-10 ਦਿਨ ਬਾਅਦ ਮੈਂ ਤਾਂ ਸਟੋਰ ਨੂੰ ਕਿਹਾ ਦੇਖਿਆ ਵੀ ਬੰਦੇ ਕਿੱਥੇ ਆ, ਉਹ ਬੰਦੇ ਪਤਾ ਲੱਗਿਆ ਉਹ ਤਾਂ ਮੂਵ ਹੋ ਗਏ ਨੇ ਇੱਥੋਂ। ਸੋ ਇਹ ਮੈਨੂੰ ਨਹੀਂ ਸਮਝ ਆਈ ਅਜੇ ਵੀ ਕਿਉਂ ਆ। ਦੂਸਰਾ ਸਵਾਲ ਤੁਹਾਡਾ ਗੁਰਦੁਆਰੇ ਦਾ, ਜਦੋਂ ਮੈਂ 74 ਵਿੱਚ ਆਇਆ, ਬੜੀ ਬਾਬੇ ਨਾਨਕ ਦੀ ਕਿਰਪਾ ਹੋਈ, ਸਾਡੀ ਕਮਿਊਨਿਟੀ ਬੜੀ ਪ੍ਰਫੁੱਲ ਹੋ ਰਹੀ ਸੀ, ਉਸ ਵਕਤ ਵੱਧ ਰਹੀ ਸੀ, ਤੇ ਪਹਿਲਾ ਗੁਰਦੁਆਰਾ ਉਸ ਵੇਲੇ ਗੁਰੂ ਨਾਨਕ ਸਿੰਘ ਟੈਂਪਲ ਮਕੈਂਜੀ ਐਵਨਿਊ ਦੇ ਉੱਤੇ ਹੈ, ਜਿਹੜਾ ਕਿ ਪਹਿਲਾਂ ਹਾਈਵੇ ਹੋਇਆ ਕਰਦਾ ਸੀ ਕਿਸੇ ਟਾਈਮ ਤੇ, ਇਹ ਉਦੋਂ ਕਿ ਕਿਤੇ 72-1 ਦੇ ਵਿੱਚ ਜਾਂ 3 ਦੇ ਵਿੱਚ ਕਿਤੇ ਹਾਈਵੇ ਬਾਰੋ ਬਾਰ ਇਹਨਾਂ ਨੇ ਕੱਢਿਆ ਹੈਗਾ, ਮੇਰੇ ਆਉਣ ਤੇ ਪਹਿਲਾਂ ਦੀਆਂ ਗੱਲਾਂ ਨੇ।
ਤੇ ਕਿਉਂਕਿ ਮੇਰੀ ਲੀਡਰਸ਼ਿਪ ਤੇ ਪਹਿਲਾਂ 93 'ਚ ਮੈਂ ਸਿਟੀ ਹਾਲ ਆਉਣ ਤੋਂ ਪਹਿਲਾਂ ਇਹ ਜਿਹੜਾ ਮੇਰੇ ਖਿਆਲ 88 89 ਵਿੱਚ ਇਹ ਮਕੈਂਜੀ ਪ੍ਰੋਵਿੰਸ਼ੀਅਲ ਰੋਡ ਹੋਇਆ ਕਰਦੀ ਸੀ ਤੇ ਇਹ ਸ਼ਹਿਰ ਨੂੰ ਦਿੱਤੀ ਗਈ ਸੀ। ਜੀ ਸੋ ਖੈਰ ਵਾਪਸ ਗੁਰਦੁਆਰੇ ਦੀ ਗੱਲ ਤੇ ਆਈਏ, ਉਦੋਂ ਗੁਰਦੁਆਰਾ ਅਜੇ ਫਾਊਂਡੇਸ਼ਨ ਲੇ ਕਰ ਰਹੇ ਸੀ ਤੇ ਮੈਂ ਬੜਾ ਉਹਨਾਂ ਲਈ ਨਾਲ ਵੀ ਕੰਮ ਕੀਤਾ ਕਿਉਂਕਿ ਕੰਮ ਮਿਲਦਾ ਨਹੀਂ ਸੀਗਾ। ਜੀ ਮੇਰੇ ਫਾਦਰ ਲਾਅ ਸਰਦਾਰ ਕ੍ਰਿਸ਼ਨ ਸਿੰਘ ਪਰਮਾਰ ਜਿਹੜੇ ਕਿ ਸੁਰਗਵਾਸ ਹੋ ਚੁੱਕੇ ਨੇ 2 ਮਹੀਨੇ ਪਹਿਲਾਂ, ਜੀ ਤੇ ਉਹਨਾਂ ਦੇ ਨਾਲ ਹੋਇਆ ਕਰਦੇ ਸੀ ਮਾਸਟਰ ਗੁਰਮੇਲ ਸਿੰਘ ਬੈਂਸ ਜੀ ਤੇ ਹੋਰ ਵੀ ਲੋਕੀ ਸੀਗੇ। ਇਹ ਬੰਦੇ ਸਪੇਅਰ ਹੈਡ ਕਰ ਰਹੇ ਸੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੀ ਉਸਾਰੀ ਲਈ। ਤੇ ਉਸ ਵਕਤ ਕਾਫੀ ਮਿੱਲਾਂ ਦੇ ਵਿੱਚ ਜਾ ਕੇ ਵੀਕਐਂਡ ਨੂੰ ਕੰਮ ਕਰਦੇ ਸੀ ਤੇ ਉਹ ਜਿਹੜੇ ਪੈਸੇ ਬਜਾਏ ਇੰਡੀਵਿਜੁਅਲ ਦੇਣ ਦੇ, ਉਹ ਗੁਰਦੁਆਰਾ ਸਾਹਿਬ ਦੀ ਉਸ ਬਿਲਡਿੰਗ ਦੀ ਉਸਾਰੀ ਵਾਸਤੇ ਕੰਪਨੀਆਂ ਦੇ ਦਿੰਦੀਆਂ ਸੀ। ਸੋ ਇਹ ਗੁਰਦੁਆਰਾ ਇੱਕ ਚੱਲਦਾ ਰਿਹਾ 88 89 ਦੇ ਵਿੱਚ ਜਾ ਕੇ, 6 ± 90 ਦੇ ਵਿੱਚ ਜਾ ਕੇ ਹਰ ਇੱਕ ਦੂਸਰੇ ਸ਼ਹਿਰ ਦੀ ਤਰ੍ਹਾਂ ਸੰਗਤ ਵੀ ਵੱਧ ਗਈ, ਕੁਛ ਲੋਕਾਂ ਦਾ ਰੁਝਾਅ ਵੀ ਦੂਸਰੇ ਪਾਸੇ ਨੂੰ ਹੋਣ ਲੱਗ ਗਿਆ। ਫਿਰ ਸਾਡੇ ਸ਼ਹਿਰ ਦੇ ਵਿੱਚ ਦੂਸਰੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੀ ਉਸਾਰੀ ਹੋਈ ਜਿਹਦਾ ਨਾਂ ਵੈਸਟਰਨ ਸਿੰਘ ਸਭਾ ਰੱਖਿਆ ਗਿਆ, ਜਿਹੜਾ ਕਿ ਪਾਈਨ ਸਟਰੀਟ ਦੇ ਉੱਤੇ ਹੈ, ਕਾਰਨਰ ਆਫ 3rd and Pine Street ਤੇ। ਸੋ ਦੋਨੇ ਗੁਰਦੁਆਰੇ ਅਜੇ ਤੱਕ ਤੇ ਬੜੀ ਬਾਬੇ ਨਾਨਕ ਦੀ ਕਿਰਪਾ ਚੱਲੀ ਜਾ ਰਹੇ ਨੇ। ਮੈਂ ਅਕਸਰ ਕਿਹਾ ਕਰਦਾ ਸੀ, ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਪੁਰਾਣੇ ਗੁਰਦੁਆਰੇ ਦੇ ਵਿੱਚ 71 ਦੀ ਸੇਵਾ ਤੇ ਪ੍ਰਧਾਨ ਦੀ ਸੇਵਾ ਵੀ 84 85 ਵਿੱਚ ਕੀਤੀ ਹੈ। ਸਾਡੇ ਵਾਸਤੇ ਸਭ ਤੋਂ ਵੱਡੀ ਉਸ ਵਕਤ ਇਹ ਗੱਲ ਹੋਇਆ ਕਰਦੀ ਸੀ, ਮਿਹਨਤਾਂ ਕਰਦੀ ਸੀ ਅਸੀਂ ਸੰਗਤ ਨੂੰ ਕਿ ਸਤਿ ਸਿੰਘ ਜੀ ਅੱਗੇ ਨੂੰ ਹੋ ਜਾਓ, ਲੋਕਾਂ ਨੂੰ ਜਗ੍ਹਾ ਮਿਲੇ ਬੈਠਣ ਦੀ। ਸਭ ਤੋਂ ਵੱਡੀ ਐਜ ਏ ਸੈਕਟਰੀ ਐਂਡ ਐਜ ਏ ਪ੍ਰੈਜ਼ੀਡੈਂਟ ਇਹ ਮੁਸ਼ਕਲ ਹੁੰਦੀ ਸੀ ਕਿ ਕਿਤੇ ਰੁਮਾਲ ਨਾ ਥੁੜ ਜਾਣ, ਇੰਨੀ ਸੰਗਤ ਸੀ। ਪਰ ਹੁਣ ਬੜੀ ਮੈਨੂੰ ਤਾਂ ਲੱਗਦਾ ਮੁਸ਼ਕਲ ਨਾ, ਪਰ ਫਿਰ ਵੀ ਲੋਕੀ ਉਦੋਂ ਕਹਿੰਦੇ ਸੀ, ਮੇਰਾ ਬਹੁਤ ਵਿਸ਼ਵਾਸ ਹੈ ਬਾਬਾ ਨਾਨਕ ਦੇ ਘਰ ਤੇ, ਹਮੇਸ਼ਾ ਰਿਹਾ, ਅੱਜ ਵੀ ਆ, ਤੇ ਮੈਨੂੰ ਪੂਰੀ ਉਮੀਦ ਆ ਕਿ ਬਾਬਾ ਨਾਨਕ ਮੇਰਾ ਵਿਸ਼ਵਾਸ ਇਸੇ ਤਰ੍ਹਾਂ ਬਣਾਏ ਰੱਖੇਗਾ। ਇਹ ਮੈਂ ਇਹ ਗੱਲ ਕਹਿੰਦਾ ਸੀ ਕਿ ਤੁਸੀਂ ਯਾਰ ਬਾਬਾ ਨਾਨਕ ਦੇ ਘਰ ਦੀ ਕਿਉਂ ਚਿੰਤਾ ਕਰਦੇ ਹੋ, ਜਿਹੜਾ ਤੁਹਾਡੇ ਘਰ ਚਲਾਉਂਦਾ ਉਹ ਆਪਣਾ ਘਰ ਨਹੀਂ ਚਲਾ ਸਕਦਾ। ਉਹੀ ਗੱਲ ਹੋ ਰਹੀ ਆ ਕਿ ਹੁਣ ਕੁਛ ਸਾਡੇ ਲੋਕਾਂ ਨੇ ਜਿਹੜੇ ਨਵੇਂ ਸ਼ਹਿਰ ਦੇ ਵਿੱਚ ਬੰਦੇ ਆਏ ਨੇ ਉਹਨਾਂ ਨੂੰ ਮਿੱਲਾਂ ਦੇ ਵਿੱਚ ਕੰਮ ਦਵਾ ਦਿੱਤਾ, ਉਹਨਾਂ ਕਰਕੇ ਲੋਕਾਂ ਦਾ, ਬੱਚਿਆਂ ਦਾ, ਪਰਿਵਾਰਾਂ ਦਾ ਗੁਰਦੁਆਰਾ ਸਾਹਿਬ ਵੱਲ ਨੂੰ ਕਾਫੀ ਪ੍ਰਭਾਵ ਹੈ। ਜਿਹੜੇ ਸਟੂਡੈਂਟ ਆਉਂਦੇ ਨੇ ਜਦੋਂ ਉਹਨਾਂ ਨੂੰ PR ਮਿਲਦਾ, PR ਬਾਅਦ 'ਚ ਮਿਲਦਾ, ਜਿਸ ਤਰ੍ਹਾਂ ਮੈਂ ਰਿਟਾਇਰਮੈਂਟ ਦੀ ਗੱਲ ਕਰਕੇ ਹਟਿਆ, ਉਸੇ ਤਰ੍ਹਾਂ ਉਹ ਲੋਕੀ ਅਜੇ PR ਉਹਨਾਂ ਨੂੰ ਮਿਲਦਾ ਨਹੀਂ ਤੇ ਉਹ ਪਹਿਲਾਂ ਬਸ ਬੋਰੀ ਬਿਸਤਰਾ ਬੰਨ ਕੇ ਲੋਅਰ ਮਿਡਲਾਂ ਨੂੰ ਜਾਣ ਨੂੰ ਤਿਆਰ ਹੁੰਦੇ, ਕਿਉਂ ਇਹ ਸਾਨੂੰ ਵੀ ਨਹੀਂ ਪਤਾ। ਹਾਲਾਂਕਿ ਇਹ ਗੱਲ ਸਾਇੰਸ ਨੇ ਸਾਬਤ ਕਰ ਦਿੱਤੀ ਆ, ਇਕਨੋਮਿਕਸ ਰੀਜ਼ਨ ਦੇ ਵਿੱਚ ਇਹ ਸ਼ਹਿਰ ਜਿਹੜੇ ਨੇ ਬਹੁਤ ਵਧੀਆ ਨੇ, ਇਹਨਾਂ ਸ਼ਹਿਰਾਂ ਦੇ ਵਿੱਚ ਫੈਮਿਲੀ ਨੂੰ ਪਾਲਣਾ, ਪੜ੍ਹਾਈ ਲਿਖਾਈ ਵਾਸਤੇ, ਯੈਸ ਐਡਵਾਂਸ ਐਜੂਕੇਸ਼ਨ ਸ਼ਾਇਦ ਇੱਥੇ ਇੰਨੀ ਨਾ ਹੋਵੇ, ਇਹਦਾ ਮਤਲਬ ਇਹ ਨਹੀਂ ਹੈ ਕਿ ਇੱਥੇ ਰਹਿਣ ਸਹਿਣ ਲਈ ਬਹੁਤ ਵਧੀਆ ਨੇ। ਰਹਿਣ ਸਹਿਣ ਲਈ ਆਬੋ-ਹਵਾ ਤੁਸੀਂ ਦੇਖੋ, ਜੀ ਬਹੁਤ ਹੁਣ ਟ੍ਰੈਫਿਕ ਨਹੀਂ ਹੈ, ਬਹੁਤ ਸਟ੍ਰੈਸ ਨਹੀਂ ਹੈ ਇੱਥੇ, ਬਿਲਕੁਲ ਨਹੀਂ ਜੀ। ਮਤਲਬ ਮੈਂ ਹੁਣ ਜਦੋਂ ਤੁਹਾਡਾ ਸਵੇਰੇ ਵੀ ਫੋਨ ਆਇਆ, ਹਾਂਜੀ, ਮੈਂ ਡਾਊਨ ਟਾਊਨ ਫਿਰਦਾ ਸੀਗਾ, ਮੇਰੇ ਖਿਆਲ ਤੁਹਾਨੂੰ 2-3 ਮਿੰਟ ਦੇ ਜ਼ਿਆਦਾ ਮੇਰੀ ਵੇਟ ਨਹੀਂ ਕਰਨੀ ਪਈ ਜੀ, ਤੇ ਜੇ ਆਪਾਂ ਲੋਅਰ ਮੇਨਲੈਂਡ ਹੋਈਏ ਤੇ ਉੱਥੇ ਅੱਧਾ ਘੰਟਾ ਤਾਂ 1-2 ਸੀਟਾਂ ਪਾਸ ਕਰਨ ਨੂੰ ਲੱਗ ਜਾਂਦਾ ਹੈ, ਸਾਨੂੰ ਸਰੀ ਦੇ ਵਿੱਚ ਹੀ ਕਿਤੇ ਜਾਣਾ ਹੋਵੇ ਨਾ ਅੱਧਾ ਪੌਣਾ ਘੰਟਾ ਲੱਗ ਜਾਂਦਾ ਹੈ ਇਜ਼ੀ। ਸੋ ਇੱਥੇ ਬੜੀ ਇਹਨਾਂ ਚੀਜ਼ਾਂ ਦੀ ਬੜੀ, ਫਿਰ ਇਸ ਤਰ੍ਹਾਂ ਕਿ ਜਿਹੜੀ ਘਰਾਂ ਦੀ ਕੀਮਤ ਹੈ ਉਹ ਬੜੀ ਘੱਟ ਹੈ ਕੰਪੇਅਰ ਟੂ ਕਾਰੋ ਹੀ ਨੇ, ਘਰਾਂ ਦਾ ਬਹੁਤਾ ਕੋਈ ਫਰਕ ਨਹੀਂ ਆ। ਯੈਸ ਉਹੀ ਟੈਕਨੋਲੋਜੀ ਆਬੋ-ਹਵਾ ਦੇ ਲਿਹਾਜ਼ ਦੇ ਨਾਲ ਕਿ ਇੱਥੇ ਥੋੜੀ ਸਰਦੀ ਜ਼ਿਆਦਾ ਪੈਂਦੀ ਹੈ, ਤੁਹਾਨੂੰ ਉੱਥੇ ਘਰਾਂ ਦੇ ਵਿੱਚ ਫਰਨਿਸ਼ ਲਾਉਣ ਦੀ ਲੋੜ ਨਹੀਂ ਜਾਂ ਕੁਛ ਉਹ ਕੰਮ ਕਰਨ ਦੀ ਲੋੜ ਨਹੀਂ, ਵੱਡੀਆਂ ਹੈਵੀ ਡਿਊਟੀ ਡਬਲ ਗਲੇਜ਼ ਟ੍ਰਿਪਲ ਗਲੇਜ਼ ਵਿੰਡੋ ਲਾਉਣ ਦੀ ਲੋੜ ਨਹੀਂ, ਜਿਹੜੀਆਂ ਕਿ ਸਾਡੇ ਇੱਥੇ ਬੜੀਆਂ ਜ਼ਰੂਰੀ ਨੇ। ਪਰ ਇੱਥੇ ਅੱਜ ਹੁਣ 2-3 ਸਾਲ ਤੋਂ ਕਾਫੀ ਅਸੈਸਮੈਂਟ ਵਧੀ ਹੈ ਪਿਛਲੇ 2-3 ਸਾਲ ਦੇ ਵਿੱਚ, ਹੁਣ ਸ਼ਾਇਦ 5-6 ਹਜ਼ਾਰ ਦਾ ਘਰ, 5-6 ਲੱਖ ਦਾ ਘਰ ਹੋ ਗਿਆ। ਹਾਂਜੀ, ਅੱਗੇ ਇੱਥੇ 2.5-3 ਲੱਖ ਦਾ ਘਰ ਮਿਲ ਜਾਂਦਾ ਸੀ, ਮੇਰੇ ਖਿਆਲ ਦੇ ਵਿੱਚ ਅਜੇ ਵੀ 4 ਲੱਖ ਤੱਕ ਘਰ ਐਵਰੇਜ ਮਿਲ ਜਾਏਗਾ। ਮੈਂ ਹਲੇ ਵੀ ਬਹੁਤ ਹਾਂਜੀ ਬਹੁਤ ਠੀਕ ਹੈ ਜੀ, ਬਾਕੀ ਵੱਡੇ ਸ਼ਹਿਰਾਂ ਮੁਕਾਬਲੇ। ਮੈਂ ਕ੍ਰੈਡਿਟ ਯੂਨੀਅਨ ਬੋਰਡ ਦੇ ਵਿੱਚ ਵੀ ਐਜ਼ ਅ ਬੋਰਡ ਆਫ ਡਾਇਰੈਕਟਰ ਹਾਂ ਪਿਛਲੇ 6 ਸਾਲ ਤੋਂ ਜੀ, ਉੱਥੇ ਰਿਪੋਰਟ ਮਿਲਦੀ ਰਹਿੰਦੀ ਹੈ ਸਮੇਂ ਸਮੇਂ ਤੇ ਕਿ ਕਿੰਨੀ ਮੌਰਗੇਜ ਗਈ ਆ, ਜਿਹੜੀਆਂ ਮੌਰਗੇਜ ਜਾਂ ਲੋਨ ਜਾਂ ਜਿਹੜੀਆਂ ਉਹਨੂੰ ਅਸੀਂ ਕਹਿੰਦੇ ਇਨਵੈਸਟਮੈਂਟ ਲੈਂਡਿੰਗ ਕਮੇਟੀ, ਉਹਦੀ ਮੇਰੇ ਕੋਲ ਚੇਅਰ ਸੀਗੀ, ਹੁਣ ਮੈਂ ਮੇਅਰ ਕਰਕੇ ਆਈ ਗੇਵ ਅਪ ਐਵਰੀਥਿੰਗ, ਉੱਥੇ ਸਿਰਫ ਬੋਰਡ ਮੈਂਬਰੀ ਹਾਂ ਜੀ।
ਤੇ ਉਹ ਰਿਪੋਰਟ ਮਿਲਦੀ ਸੀ ਕਿ ਅੱਗੇ ਅਸੀਂ ਟੌਪ 20 ਬੰਦੇ ਲਈਦੇ ਸੀ, ਕਿਹਨਾਂ ਕੋਲ ਕਿੰਨੇ ਕੁ ਪੈਸੇ ਆ, ਨਾਂ ਨਹੀਂ ਸੀ ਦੱਸੀ ਦੇ ਕਿ ਵੱਡੇ ਤੋਂ ਵੱਡਾ ਡਿਪੋਜ਼ਿਟ ਕਿਹੜਾ ਆ। ਹਾਂਜੀ ਇੱਕ ਦੋ ਬੰਦੇ ਮਿਲੀਅਨ ਡਾਲਰ ਦੇ ਹੁੰਦੇ ਸੀ, ਹੁਣ 20ਾਂ ਦੇ 20 ਮਲਟੀ ਮਿਲੀਅਨਰ ਨੇ। ਜੀ ਇਹ ਮੈਂ ਰਿਲੀਜ਼ ਕਰ ਸਕਦਾ, ਤੁਹਾਨੂੰ ਦੱਸ ਸਕਦਾ। ਜੀ ਉਹ ਨਿਊਜ਼ ਕੀ ਮਿਲਦੀ ਆ ਕ੍ਰੈਡਿਟ ਯੂਨੀਅਨ ਬੈਂਕ ਤੋਂ ਕਿ ਜਿਹੜੇ ਲੋਕੀ ਵੈਨਕੂਵਰ ਤੋਂ ਛੋਟੇ ਛੋਟੇ ਘਰ ਵੀ ਵੇਚ ਕੇ ਜਾਂ ਲੋਅਰ ਮੇਨਲੈਂਡ ਤੋਂ ਮਲਟੀ ਮਿਲੀਅਨ ਡਾਲਰ ਦੇ ਘਰ ਵੇਚ ਕੇ ਸਾਡੇ ਕੈਰੀਬੂ ਦੇ ਵਿੱਚ ਆ ਰਹੇ ਨੇ, ਜਾਂ ਸ਼ਹਿਰ ਵਿੱਚ, ਕੋਈ ਜ਼ਰੂਰੀ ਨਹੀਂ ਸ਼ਹਿਰ ਵਿੱਚ, ਸ਼ਹਿਰ ਤੋਂ ਬਾਹਰ ਲੇਕਸ ਦੇ ਉੱਤੇ ਵੀ, ਲੇਕਾਂ ਦੇ ਕੰਢਿਆਂ ਤੇ ਘਰ ਲੈ ਰਹੇ ਨੇ, 5-6 ਲੱਖ ਦਾ ਬ੍ਰਾਂਡ ਨਿਊ ਵਧੀਆ ਤੋਂ ਵਧੀਆ ਮਹਿਲ ਦੀ ਵਰਗਾ ਘਰ ਲਿਆ, ਤੇ ਬਾਕੀ ਮਿਲੀਅਨ 2 ਮਿਲੀਅਨ ਡਾਲਰ ਬੈਂਕ ਦੇ ਵਿੱਚ ਰੱਖਿਆ। ਬੜੇ ਮੌਜਾਂ ਕਰਦੇ ਨੇ, ਮਤਲਬ ਚੰਗੀ ਗੱਲ ਹੈ, ਹੋ ਰਿਹਾ। ਲੇਕਿਨ ਇਹ ਤੁਹਾਡੇ ਸਵਾਲ ਦਾ ਜਵਾਬ ਇੱਕ ਲਾਈਨ ਵਿੱਚ, ਇਹ ਮੈਨੂੰ ਵੀ ਅਜੇ 53 ਸਾਲ ਵਿੱਚ ਸਮਝ ਨਹੀਂ ਆਇਆ ਕਿ ਜਿਹੜੇ ਲੋਕੀ ਇੱਥੋਂ ਦੌੜਦੇ ਨੇ ਕਿਉਂ ਦੌੜਦੇ ਨੇ। ਕੁਛ ਸਮਾਂ ਪਹਿਲਾਂ ਤੱਕ ਰੀਜ਼ਨ ਸੀ ਜਿਹੜਾ ਕਿ ਅਸੀਂ, ਮੈਨੂੰ ਸਾਡੀ ਸਮਾਜ ਨੇ, ਆਪਣੀ ਕਮਿਊਨਿਟੀ ਨੇ ਜੌਬ ਦਿੱਤੀ ਸੀ, ਬਹੁਤ ਟਾਈਮ ਲੱਗਿਆ। ਸਾਡੇ ਇੱਥੇ ਕ੍ਰਿਮੀਸ਼ਨ ਦੀ ਫੈਸਿਲਿਟੀ ਨਹੀਂ ਸੀ, ਜੀ, ਕਿਉਂਕਿ ਆਪਾਂ ਪੰਜਾਬੀ ਸਿੱਖ, ਆਪਾਂ ਕ੍ਰਿਮੀਨੇਸ਼ਨ ਦੇ ਵਿੱਚ ਬਿਲੀਵ ਕਰਦੇ ਹਾਂ। ਜੀ ਤੇ ਇਹ ਅਸੀਂ 2005-06 ਦੇ ਵਿੱਚ, ਉਸ ਵੇਲੇ ਮੈਂ ਕੌਂਸਲ 'ਤੇ ਸੀ, ਅਪਰੂਵ ਕੌਂਸਲ ਤੋਂ ਕਰਾ ਲਿਆ ਸੀ, ਸਾਨੂੰ ਬਹੁਤ ਸਹੂਲਤਾਂ, NDP ਗਵਰਨਮੈਂਟ ਵਿੱਚ ਆਪਣੇ MLA ਅਤੇ ਮਿਨਿਸਟਰ ਸੀਗੇ, ਉਹਨਾਂ ਨੇ ਮੈਨੂੰ ਕਿਹਾ ਸੀ ਤੁਸੀਂ ਹੱਥ ਰੱਖੋ ਨਕਸ਼ੇ ਦੇ ਉੱਤੇ, ਜਿਹੜੀ ਜਗ੍ਹਾ ਕਹੋ ਮੈਂ ਤੁਹਾਨੂੰ ਗਰਾਊਂਡ ਲੈਣ ਦਿੰਦਾ। ਪਰ ਬਦਕਿਸਮਤ ਇਹ ਸੀ ਕਿ ਸ਼ਹਿਰ ਤੋਂ ਬਾਹਰ ਸਾਨੂੰ ਫਿਰ ਉਹਦੀ ਮੇਨਟੇਨੈਂਸ, ਆਉਣਾ ਜਾਣਾ, ਰੋਡ ਬਣਾਉਣੀ, ਪਾਵਰ ਲਿਜਾਣੀ ਬੜਾ ਮੁਸ਼ਕਿਲ ਸੀ। ਖੈਰ ਅਸੀਂ 2 ਤੋਂ 5 ਦੇ ਵਿੱਚ ਅਸੀਂ ਮੈਨੇਜ ਕਰ ਲਿਆ ਕਿ ਸ਼ਹਿਰ ਦੇ ਵਿੱਚ ਅਸੀਂ ਸ਼ਹਿਰ ਦੀ ਪ੍ਰੋਪਰਟੀ ਵੇਚੀ, ਅਸੀਂ ਉੱਥੇ ਹੀ ਗ੍ਰੇਵਯਾਰਡ ਦੇ ਕੋਲ ਜਗ੍ਹਾ ਸੀ ਸਿਟੀ ਦੀ, ਉੱਥੇ ਹੀ ਅਸੀਂ ਕ੍ਰਿਮਟੋਰੀਅਮ ਬਣਾ ਦਿੱਤਾ, ਸਾਡੇ ਬੰਦੇ ਨੇ ਸਪੇਅਰ ਹੈਡ ਕੀਤਾ। ਬੜਾ ਬਹੁਤ ਵੱਡਾ ਓਬਜੈਕਟ ਸੀਗਾ, ਬੜੀ ਆਪੋਜੀਸ਼ਨ ਸੀ, ਲੋਕਾਂ ਨੂੰ ਨਾਂ ਰਲਾਇਆ, IWA ਯੂਨੀਅਨ ਦੇ ਲੋਕਾਂ ਨੂੰ ਨਾਂ ਰਲਾਇਆ, ਬਿਜ਼ਨਸ ਕਮਿਊਨਿਟੀ ਨਾਂ ਰਲਾਇਆ, ਬੜੀ ਸਾਨੂੰ ਸਾਇੰਟੀਫਿਕ ਸਟੱਡੀ ਕਰਨੀ ਪਈ, ਰਿਸਰਚ ਕਰਨੀ ਪਈ ਕਰਕੇ, ਥੈਂਕਸ ਟੂ ਉਜਵਲ ਸਿੰਘ ਦੋਸਾਂਝ, ਉਹ ਉਹਨਾਂ ਨੇ ਲਾਸਟ ਸਾਨੂੰ ਥੋੜ੍ਹੇ ਜਿਹੇ ਡੋਨੇਸ਼ਨ ਦੇ ਕੇ ਗਵਰਨਮੈਂਟ ਦੀ ਤਰਫ ਤੋਂ, ਅਤੇ ਇਲੈਕਸ਼ਨ ਕਾਲ ਕੀਤੀ ਸੀ, ਉਦੋਂ NDP ਗਵਰਨਮੈਂਟ ਵਾਪਸ ਨਹੀਂ ਸੀ ਆ ਸਕੀ 90s ਵਿੱਚ। ਖੈਰ ਉਹ ਕਮਿਸ਼ਨ ਬਣਿਆ ਹੈ, ਮੈਂ ਮੇਰਾ ਗੱਲ ਕਰਨ ਤੋਂ ਭਾਵ ਹੈ, ਪੁਆਇੰਟ ਹੈ ਕਿ ਹੁਣ ਤਾਂ ਸਾਨੂੰ ਕ੍ਰਿਮਟੋਰੀਅਮ ਵਾਸਤੇ ਵੀ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ, ਹੁਣ ਅਸੀਂ ਸਭ ਸਭ ਕੁਛ ਹੈ ਇਸ ਸ਼ਹਿਰ ਦੇ ਵਿੱਚ ਕਰ ਸਕਦੇ, ਮਤਲਬ ਜ਼ਿੰਦਗੀ ਬਸਰ ਕਰਨ ਲਈ ਜਿਹੜੀ ਚੀਜ਼ ਸਾਨੂੰ ਮਨਦੀਪ ਸਿੰਘ ਜੀ ਇੱਥੇ ਚਾਹੀਦੀ ਆ ਉਹ ਸਾਰੀਆਂ ਹੈ। ਬਾਕੀ ਆਪਣਾ ਆਪਣਾ ਸੁਝਾਅ ਹੈ, ਏਅਰਪੋਰਟ ਵੀ ਹੈ, ਹਾਈਵੇ ਵੀ ਹੈ, ਅਸੀਂ 5-5.5 ਘੰਟੇ ਵਿੱਚ, ਹੁਣ ਤੁਸੀਂ ਕੱਲ੍ਹ ਆਏ ਹੋ ਅੱਜ ਜਾਣਾ, ਤੁਸੀਂ ਦੇਖਿਓ 5.5 ਘੰਟੇ ਵਿੱਚ ਤੁਸੀਂ ਚਲੇ ਜਾਣਾ, 110 ਕਿਲੋਮੀਟਰ ਦੀ ਕੁਛ ਏਰੀਏ ਦੇ ਵਿੱਚ ਸਪੀਡ ਵੀ ਹੈ ਹਾਈਵੇ ਦੇ ਉੱਤੇ, 100 ਤੇ ਆਮ ਹੈ, ਅੱਗੇ ਸਿੰਗਲ ਲੇਨ ਹੁੰਦੀ ਸੀ, 74 ਦੇ ਵਿੱਚ ਮੈਂ ਜਦੋਂ ਆਇਆ ਬਹੁਤ ਵਧੀਆ ਡਰਾਈਵਰ ਜਿਹੜਾ ਸੀ ਉਹ 11-11.5 ਘੰਟੇ ਵੀ ਬਹੁਤ ਲਾਉਂਦਾ, 11-11.5 ਘੰਟੇ, ਹੁਣ ਤਾਂ 5-5.5 ਘੰਟੇ ਵਿੱਚ ਅਸੀਂ ਵੈਨਕੂਵਰ ਸਰੀ ਜਾ ਪਹੁੰਚਦੇ ਹਾਂ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨੇ, ਇਹੀ ਮੇਰੀ ਹਿਦਾਇਤ ਹੈ ਬੱਚਿਆਂ ਨੂੰ, ਬਹੁਤ ਅਪਰਚੁਨਿਟੀ ਨੇ ਬਿਜ਼ਨਸ ਦੀ, ਮੈਨੂੰ ਮਿਲਣ ਦੀ ਜ਼ਰੂਰਤ ਨਹੀਂ, ਤੁਸੀਂ ਮੈਨੂੰ ਕੋਂਟੈਕਟ ਕਰੋ, ਇੱਥੇ ਬਿਜ਼ਨਸ ਡਿਵੈਲਪਮੈਂਟ ਮੇਰੇ ਮੈਨੇਜਰ ਨੇ, ਬਿਜ਼ਨਸ ਬੜੇ ਅਵੇਲੇਬਲ ਨੇ, ਬਿਜ਼ਨਸ ਦੀ ਜਿਸ ਤਰ੍ਹਾਂ ਮੈਂ ਦੱਸਿਆ ਅਪਰਚੁਨਿਟੀ ਬਹੁਤ ਹੈ। ਇੱਕ ਸ਼ੁਗਲ ਦੀ ਗੱਲ ਵੀ ਕਰ ਲਾ, ਮੈਨੂੰ 3-4 ਹਫ਼ਤੇ ਹੋਏ, ਕੋਈ BC TV ਦਾ ਰਿਪੋਰਟਰ ਇੱਕ ਮਿਲਿਆ ਮੈਨੂੰ, ਕਹਿੰਦਾ ਮੇਅਰ ਰਾਥੋਰ, ਯੂਰ ਵਰਸ਼ਿਪ, ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ। ਮੈਂ ਕਿਹਾ ਵੀ ਜਦੋਂ ਟਾਈਮ ਹੋ ਮੈਂ ਤਾਂ ਹੁਣੇ ਗੱਲ ਕਰ ਲਾ, ਫਿਰ ਟਾਈਮ ਦੀ ਕਿਹੜੀ ਗੱਲ ਆ। ਉਹ ਕਹਿੰਦਾ ਵਟ ਡੂ ਯੂ ਥਿੰਕ ਕਿ ਜਿਹੜੀ ਹਾਈਵੇ ਕੋਰੀਡੋਰ ਆ, ਇਟਸ ਟੇਕਨ ਓਵਰ ਬਾਈ ਸਾਊਥ ਏਸ਼ੀਅਨ। ਮੈਂ ਸਮਝ ਗਿਆ ਉਹ ਕਿੱਥੋਂ ਬੋਲ ਰਿਹਾ, ਤੇ ਇੱਕਦਮ, ਕਿਉਂਕਿ ਬੱਚਾ ਤੇ ਮੈਂ ਵੀ ਨਹੀਂ ਹੈਗਾ, ਤੇ ਮੈਂ ਕਿਹਾ ਵੀ ਤੂੰ ਦਬੋਦਮ ਕੈਮਰਾ ਆਨ ਕਰ, ਮੈਂ ਤੈਨੂੰ ਇਹਦਾ ਜਵਾਬ ਦੇਣਾ। ਬੜਾ ਹੱਸਿਆ ਉਹ, ਸੱਚ ਗੱਲ, ਉਹਨੇ ਕੈਮਰਾ ਰਿਕਾਰਡ ਕੀਤਾ, ਪਤਾ ਨਹੀਂ ਪਲੇ ਕੀਤਾ ਕਿ ਨਹੀਂ ਕੀਤਾ, ਮੈਨੂੰ ਇਹਦਾ ਨਹੀਂ ਟਾਈਮ ਮਿਲਦਾ ਦੇਖਣ ਦਾ। ਮੈਂ ਉਹਨੂੰ ਇਹ ਜਵਾਬ ਦਿੱਤਾ ਵੀ ਮੈਂ ਬੜਾ ਬਾਬੇ ਨਾਨਕ ਦਾ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਕੋਰੀਡੋਰ ਤੇ ਬਿਜ਼ਨਸ ਕਰਨ ਸਾਊਥ ਏਸ਼ੀਅਨ ਲੋਕ ਆ ਰਹੇ ਨੇ, ਉਹ ਵਿਲੀਅਮ ਲੇਕ ਦੀ ਇਕੋਨਮੀ ਦੇ ਵਿੱਚ ਕਿੰਨਾ ਟਰੱਸਟ ਰੱਖ ਰਹੇ ਨੇ, ਕਿੰਨਾ ਯਕੀਨ ਰੱਖ ਰਹੇ ਨੇ ਕਿ ਇੱਥੇ ਵੱਧ ਫੁੱਲ ਸਕਦੇ ਨੇ। ਇਹ ਬੜੀ ਚੰਗੀ ਗੱਲ ਹੈ, ਅੱਜ
ਚਾਹੇ ਹੋਟਲ ਲੈ ਲਓ ਵੱਡੇ, ਸਾਡੇ ਸ਼ਹਿਰ ਦੇ 3 ਵੱਡੇ ਹੋਟਲ ਆਪਣੇ ਬੰਦਿਆਂ ਕੋਲ ਨੇ, ਸਾਡੇ ਸ਼ਹਿਰ ਦੇ ਵਿੱਚ ਜਿੰਨੇ ਪੀਜ਼ੇ ਨੇ ਮੈਜੋਰਿਟੀ, ਬਲਕਿ ਮੈਂ ਤਾਂ ਕਹਾਂ 100% ਸਾਡੇ ਬੰਦਿਆਂ ਕੋਲ ਨੇ, ਚਾਹੇ ਡੇਅਰੀ ਕੁਈਨ ਲੈ ਲਓ, ਚਾਹੇ ਪੀਜ਼ਾ ਹੱਟ ਲੈ ਲਓ, ਚਾਹੇ ਸਬਵੇ ਲੈ ਲਓ, ਫਾਸਟ ਫੂਡ ਸਾਰੇ ਹੀ ਸਾਡੇ ਬੰਦਿਆਂ ਕੋਲ ਨੇ, ਗੈਸ ਸਟੇਸ਼ਨ ਆਲਮੋਸਟ ਹਾਫ ਆਫ ਦੈਮ ਸਾਡੇ ਬੰਦਿਆਂ ਕੋਲ ਨੇ। ਬੜੀ ਚੰਗੀ ਗੱਲ ਆ ਔਰ ਬੜਾ ਮਹਿਸੂਸ ਚੰਗਾ ਹੁੰਦਾ। ਜਿੱਥੇ ਤੱਕ ਤੁਹਾਡਾ ਸਵਾਲ ਹੈ, ਕੰਮ ਦੀ ਓਪਰਚੁਨਿਟੀ ਬਹੁਤ ਹੈ, ਇੰਨੀ ਹੈ ਕਿ ਮੈਂ ਦੱਸ ਨਹੀਂ ਸਕਦਾ। ਇਹ ਮਤਲਬ ਹੈ ਮੈਂ ਕਿਸੇ ਵੀ ਸਟੋਰ ਵਿੱਚ ਜਾਂਦਾ ਜਾਂ ਕਿਸੇ ਨੂੰ ਮਿਲਦਾ, ਕਿ ਉਹ ਛੋਟਾ ਜਿਹਾ ਸ਼ਹਿਰ ਆ, ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਮੈਨੂੰ 49 ਸਾਲ ਹੋ ਗਏ ਇੱਥੇ ਰਹਿੰਦੇ ਨੂੰ, ਤਕਰੀਬਨ ਸਾਰੇ ਲੋਕੀ ਜਾਣਦੇ ਨੇ, ਉਹ ਪਿਆਰ ਕਰਦੇ ਕਿ ਨਹੀਂ ਕਰਦੇ ਗੱਲ ਵੱਖਰੀ ਆ, ਮੇਰੀ ਉਹ ਆਈਡੀਓਲੋਜੀ ਨੂੰ ਉਹ ਲਾਈਕ ਕਰਦੇ ਜਾਂ ਨਹੀਂ ਉਹ ਗੱਲ ਵੱਖਰੀ ਹੈ, ਪਰ ਉਹ ਸਾਰੇ ਮੈਜੋਰਿਟੀ ਅਸੀਂ ਇੱਕ ਦੂਜੇ ਨੂੰ ਛੋਟੇ ਸ਼ਹਿਰਾਂ 'ਚ ਜਾਣਦੇ ਹਾਂ। ਜੇ ਮੈਂ ਉਹਨਾਂ ਨੂੰ ਨਹੀਂ ਜਾਣਦਾ, ਉਹ ਮੈਨੂੰ ਜਾਣਦੇ ਨੇ, ਮੈਂ ਕੌਣ ਆ। ਹਰ ਦੁਕਾਨ ਦੇ ਉੱਤੇ ਲਿਖਿਆ ਆ ਵੀ ਆਰ ਹਾਇਰਿੰਗ, ਕੋਈ ਐਸਾ ਬਿਜ਼ਨਸ ਨਹੀਂ ਜਿੱਥੇ ਮੈਂ ਗਿਆ ਜਿੱਥੇ ਨਾ ਲਿਖਿਆ ਹੋਵੇ ਵੀ ਆਰ ਹਾਇਰਿੰਗ। ਤੁਸੀਂ ਮੇਰੇ ਨਾਲ ਕਿਸੇ ਸਟੋਰ 'ਚ ਵੀ ਹੁਣ, ਚਲੋ ਹਾਲਾਂਕਿ ਟਾਈਮ ਬਹੁਤ ਥੋੜ੍ਹਾ ਹੈ ਸਾਡੇ ਕੋਲ, ਅਸੀਂ ਬੜੇ ਧੰਨਵਾਦੀ ਹਾਂ ਸਾਡੇ ਜਿਹੜੇ ਵੱਡੇ ਵੀਰ, ਛੋਟੇ ਵੀਰ ਜਿੰਨੇ ਵੀ ਏਜ ਵਿੱਚ ਨੇ, ਮੈਂ ਤਾਂ ਕਹਾਂਗਾ ਵੱਡੇ ਨੇ, ਫੈਡਰਲ ਲੈਵਲ 'ਤੇ ਪ੍ਰੋਵਿੰਸ਼ੀਅਲ ਲੈਵਲ 'ਤੇ ਇਨਵੋਲਵ ਨੇ, ਉਹਨਾਂ ਦਾ ਬੜੀ ਮੇਰੇ ਸਿਰ 'ਤੇ ਸ਼ਹਿਰ ਦੇ 'ਤੇ ਬੜਾ ਹੱਥ ਹੈ। ਤੁਸੀਂ ਹੈਰਾਨ ਹੋਵੋਗੇ ਕਿ 8 ਮਹੀਨੇ ਦੇ ਵਿੱਚ, ਅਜੇ 8 ਮਹੀਨੇ ਮੈਨੂੰ ਪਰਸੋਂ ਨੂੰ ਹੋਣੇ ਆ, ਕੱਲ੍ਹ ਸ਼ਾਮ ਨੂੰ ਬਣੇ, ਅਤੇ ਅਸੀਂ ਆਲਮੋਸਟ 414.45 ਮਿਲੀਅਨ ਡਾਲਰ ਗ੍ਰਾਂਟਸ ਇਸ ਸ਼ਹਿਰ ਨੂੰ ਦਵਾ ਚੁੱਕੇ ਹਾਂ, ਜਿਹੜਾ ਕਿ ਇਹ ਵਿਲੀਅਮ ਲੇਕ ਦੇ ਵਿੱਚ, ਮੈਂ 11ਵਾਂ ਮੇਅਰ ਹਾਂ ਹਿਸਟਰੀ ਦੇ ਵਿੱਚ, ਮੈਂ ਇੱਕ ਮੇਅਰ ਗਿਣ ਰਿਹਾ, ਚਾਹੇ ਉਹਨੇ 16 ਸਾਲ ਮੇਅਰ ਦੀ ਸੇਵਾ ਕੀਤੀ ਜਾਂ 14 ਸਾਲ ਦੀ, ਜਿੰਨਾ ਵੀ ਕੀਤੀ ਉਹ ਗੱਲ ਵੱਖਰੀ ਆ। ਇਹਨਾਂ ਸਾਰੇ ਮੇਅਰਾਂ ਨੂੰ ਇਕੱਠੇ ਕਰੀਏ ਤਾਂ ਇੰਨੀ ਨਹੀਂ ਗ੍ਰਾਂਟ ਆਈ, ਇੰਨਾ ਨਹੀਂ ਆਇਆ। ਜਿਹੜੀ ਇਸ ਵੇਲੇ ਪ੍ਰੈਜੈਂਟ ਕੌਂਸਲ ਆ, ਉਹਨੇ ਲੀਡਰਸ਼ਿਪ ਬਹੁਤ ਵਧੀਆ ਕਰ ਦਿੱਤੀ ਆ, ਬਹੁਤ ਵਧੀਆ। ਆਈ ਕੁਡ ਆਸਕ ਬੈਟਰ ਕੌਂਸਲ ਦੈਨ ਆਈ ਹੈਡ ਟੂਡੇ। ਸਾਰੇ ਪੱਖ ਤੋਂ ਨੇ ਲੋਕ, ਮੇਲ, ਫੀਮੇਲ, ਫਸਟ ਨੇਸ਼ਨ, ਮਤਲਬ ਕਲਰਡ ਅਤੇ ਨਾਨ ਕਲਰਡ, ਕੋਕੇਸ਼ਨ, ਸਾਰਿਆਂ ਦਾ ਮਿਕਸਚਰ ਹੈ। ਜੀ, ਬੜੀ ਮਾਣ ਦੀ ਗੱਲ ਆ। ਇੱਕ ਤਾਂ ਪਹਿਲਾਂ ਤਾਂ ਤੁਸੀਂ ਇਤਿਹਾਸ ਸਿਰਜਿਆ ਕਿ ਤੁਸੀਂ ਸ਼ਹਿਰ ਦੇ ਮੇਅਰ ਬਣੇ, ਜਿਹੜੇ ਵੱਡੇ ਵੱਡੇ ਸ਼ਹਿਰਾਂ 'ਚ ਬਹੁਤ ਪੰਜਾਬੀਆਂ ਦੀ ਗਿਣਤੀ ਹੈ, ਉੱਥੇ ਕੋਈ ਪੰਜਾਬੀ ਮੇਅਰ ਨਹੀਂ ਬਣ ਸਕਿਆ, ਤੁਸੀਂ ਬਣੇ, ਅਤੇ ਸਾਨੂੰ ਉਮੀਦ ਹੈ ਵੀ ਇੱਕ ਹੋਰ ਇਤਿਹਾਸ ਤੁਸੀਂ ਸਿਰਜੋਗੇ ਇਸ ਸ਼ਹਿਰ ਦੀ ਤਰੱਕੀ 'ਚ ਹਿੱਸਾ ਪਾ ਕੇ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਪਿਆਰ ਨਾਲ ਗੱਲਬਾਤ ਕੀਤੀ, ਬਹੁਤ ਵਿਸਥਾਰ ਨਾਲ ਗੱਲਬਾਤ ਕੀਤੀ, ਤੁਹਾਡੇ ਕੋਲ ਸਮਾਂ ਘੱਟ ਹੈ, ਬਹੁਤ ਬਿਜ਼ੀ ਸਕੈਜੂਅਲ ਹੈ, ਫਿਰ ਵੀ ਤੁਸੀਂ ਕਾਹਲੀ ਨਹੀਂ ਕੀਤੀ ਅਤੇ ਬਹੁਤ ਤਰੀਕੇ ਨਾਲ ਚੀਜ਼ਾਂ ਨੂੰ ਵਿਸਥਾਰ ਨਾਲ ਸਮਝਾਇਆ। ਮੈਂ ਉਮੀਦ ਕਰਦਾ ਕਿ ਜਿਹੜੇ ਸਾਡੇ ਨਵੇਂ ਸਾਥੀ ਨੇ, ਨੌਜਵਾਨ ਨੇ, ਉਹ ਇਹਨਾਂ ਸ਼ਹਿਰਾਂ ਵੱਲ ਨੂੰ ਵਧਣਗੇ, ਕਿਉਂਕਿ ਵੱਡੇ ਸ਼ਹਿਰਾਂ 'ਚ ਬਹੁਤ ਮਹਿੰਗਾਈ ਆ, ਸਟ੍ਰੈਸ ਬਹੁਤ ਜ਼ਿਆਦਾ ਆ, ਹੋਰ ਬਹੁਤ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ। ਇਹਨਾਂ ਸ਼ਹਿਰਾਂ ਦੇ ਵਿੱਚ ਸਾਡੇ ਕੋਲ ਕੁਦਰਤੀ ਨਜ਼ਾਰਿਆਂ ਦੇ ਵੀ ਮੌਕੇ ਨੇ ਅਤੇ ਕੰਮਾਂ ਦੇ ਮੌਕੇ ਵੀ ਨੇ, ਅਤੇ ਅਸੀਂ ਇੱਥੇ ਛੇਤੀ ਘਰ ਬਾਰ ਲੈ ਕੇ ਸੈੱਟ ਵੀ ਹੋ ਸਕਦੇ ਹਾਂ। ਉਮੀਦ ਇਹਨਾਂ ਗੱਲਾਂ ਦਾ ਜਿਹੜਾ ਪਸਾਰ ਹੋਊਗਾ। ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਹਾਡੇ ਵੀ ਜੀ, ਤੁਹਾਡੇ ਸਰੋਤਿਆਂ ਦਾ, ਤੁਹਾਡੇ ਸੁਣਨ ਵਾਲਿਆਂ ਦਾ, ਕਿਸੇ ਨੂੰ ਮੇਰੀ ਜ਼ਰੂਰਤ ਹੋਵੇ ਸਾਡੇ ਸ਼ਹਿਰ ਦਾ, ਮੇਰੀ ਇਸ 'ਤੇ ਬਿਜ਼ਨਸ ਇਸਟੈਬਲਿਸ਼ ਕਰਨ ਲਈ, ਹੋਰ ਕੋਈ ਵੀ ਸ਼ਹਿਰ ਦੇ ਵਿੱਚ ਤੁਹਾਡੀ ਅਸੀਂ ਮਦਦ ਕਰ ਸਕਦੇ ਹਾਂ, ਅਸੀਂ ਤੁਹਾਨੂੰ ਆਪਣੇ ਸਿਰ 'ਤੇ ਬਿਠਾਵਾਂਗੇ। ਬਾਬੇ ਨਾਨਕ ਦੀ ਕਿਰਪਾ ਦਾ ਸਦਕਾ ਸਾਡੇ ਵਾਸਤੇ ਅਰਦਾਸ ਕਰਿਓ, ਸਾਡੇ ਸ਼ਹਿਰ ਲਈ ਅਰਦਾਸ ਕਰਿਓ, ਸਾਡਾ ਸ਼ਹਿਰ ਇਸੇ ਤਰ੍ਹਾਂ ਵਧੇ ਫੁੱਲੇ। ਬਹੁਤ ਬਹੁਤ ਤੁਹਾਡਾ ਮਿਹਰਬਾਨੀ, ਤੁਹਾਡਾ ਧੰਨਵਾਦ ਸਰ, ਆਨਲਾਈਨ ਜੀ, ਬਹੁਤ ਬਹੁਤ ਸ਼ੁਕਰੀਆ।